ਪੁਰਾਣੀ ਮੰਗ ਹੈ, ਅਸੀਂ ਲਿਖਿਆ ਸੀ ਜਦੋਂ ਸਾਡੇ ਕਿਸਾਨਾਂ ਤੇ ਜੰਮੂ ਬਾਰਡਰ ਤੇ ਤੁਸੀਂ ਪਰਚਾ ਪਾਓ। ਚੀਫ ਸੈਕਟਰੀ ਸਾਹਿਬ ਨੇ ਸਾਡੀ ਸੀਨੀਅਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਮਿਲ ਕੇ ਆਈ ਔਰ ਪੰਜਾਬ ਯੂਥ ਕਾਂਗਰਸ ਵੱਲੋਂ ਅਸੀਂ ਨੇ ਡੀਸੀ ਸਾਹਿਬ ਨੂੰ ਦਿੱਤਾ ਸੀ ਕਿ ਤੁਸੀਂ ਸ਼ੰਭੂ ਤੇ ਜੋ ਕੁਛ ਹੋਇਆ ਅਥਰੂ ਗੈਸ ਦੇ ਗੋਲੇ ਚੱਲੇ, ਰਬਰ ਬੁਲੇਟ ਚੱਲੀਆਂ, ਪੈਲੇਟ ਚੱਲੀਆਂ ਤੇ ਇੱਕ ਵੀ ਕੋਈ ਪਰਚਾ ਪਿਆ ਨਹੀਂ। ਅਸੀਂ ਲਿਖਿਆ, ਡਿਮਾਂਡ ਕੀਤੀ ਸੀ ਕਿ ਪਰਚਾ ਪਾਓ ਤਾਂ ਜੋ ਕਿਸਾਨਾਂ ਦਾ ਮੋਰਾਲ ਬੂਸਟ ਹੋਵੇ ਔਰ ਹਰਿਆਣਾ ਪੁਲਿਸ ਤੇ ਨੱਕ ਪਾਉਣ ਦੀ ਜਿਹੜੀ ਗੱਲ ਹੈ ਉਹ ਪਰਚਾ ਪਿਆ ਨਹੀਂ। ਉਹਦੇ ਸਦਕਾ ਹਰਿਆਣਾ ਪੁਲਿਸ ਤੇ ਕੋਈ ਨੱਕ ਪਾਉਣ ਵਾਲਾ ਸੀਗਾ ਨਹੀਂ ਔਰ ਉਹਦੇ ਸਦਕਾ ਸ਼ੁਭ ਕਰਨ ਅੱਜ ਆਪਣੀ ਜਾਨ ਔਰ ਸ਼ਹਾਦਤ ਦੇਣੀ ਪਈ। ਸੋ ਇਹਦਾ ਸਰਾਸਰ ਜ਼ਿੰਮੇਵਾਰ ਕੌਣ ਹੈ? ਲਾਪਰਵਾਹੀ ਸਰਕਾਰ ਵੱਲੋਂ ਇਹ ਵਰਤੀ ਗਈ ਹੈ। ਅੱਜ ਅਸੀਂ ਇਹਨਾਂ ਨੂੰ ਪੁੱਛਣਾ ਵੀ ਕਿਉਂ ਇਹ ਲਾਪਰਵਾਹੀ ਵਰਤੀ ਜਾ ਰਹੀ ਹੈ, ਕਿਉਂ ਇੱਕ ਵੀ ਪਰਚਾ ਨਹੀਂ ਪੈ ਰਿਹਾ, ਕਿਉਂ ਇੱਕ ਵੀ ਹਜੇ ਤੱਕ ਅਸੀਂ ਸੋਚਿਆ ਖਨੌਰੀ ਵਾਲੇ ਇੰਸੀਡੈਂਟ ਤੇ ਕੋਈ ਪਰਚਾ ਪੈ ਜੂਗਾ। ਹੈਰਾਨ ਉਹ ਗੱਲ ਹੈ ਕਿ ਉੱਥੇ ਵੀ ਕੋਈ ਪਰਚਾ ਨਹੀਂ ਪਿਆ। ਅੱਜ ਡਿਮਾਂਡ ਵੀ ਸ਼ੰਭੂ ਦੀ ਕਰਨ ਆਏ ਸੀ ਪਰ ਖਨੌਰੀ ਵਾਲੇ ਇੰਸੀਡੈਂਟ ਤੇ ਵੀ ਕੋਈ ਪਰਚਾ ਨਹੀਂ ਹੈ। ਡੀ ਜੀ ਪੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ, ਹੋਮ ਮੰਤਰੀ ਸਾਹਿਬ ਸੀਐਮ ਸਾਹਿਬ ਨੂੰ ਪੁੱਛਣਾ ਚਾਹੁੰਦੇ ਕਿਸਾਨਾਂ ਦੀ ਮੰਗ ਹੈ ਜਿਹੜੀ MSP ਹੈ ਬੜੇ ਲੰਬੇ ਸਮੇਂ ਦੇ, ਕਿਉਂਕਿ ਅਕਾਲੀ ਸਰਕਾਰ ਵੀ ਰਹੀ, ਕੈਪਟਨ ਸਾਹਿਬ ਵੀ ਰਹੇ ਤੇ ਕਾਂਗਰਸ ਵੀ ਰਹੀ ਹੈ, ਲੇਕਿਨ ਉਸ ਟਾਈਮ ਨਹੀਂ ਹੋਈ ਤੇ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਕਿ ਇਹ ਪਿਛਲੇ ਨਾ ਨਾ ਨਹੀਂ। ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਤਾਂ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਉਹ ਕਹਿ ਰਹੇ ਹੈ ਕਿ 5 ਮਿੰਟਾਂ ਚ ਅਸੀਂ MSP ਦੇ ਦਾਂਗੇ। ਪਰ ਗੱਲ ਇਹ ਹੈ ਕਿ ਰਾਹੁਲ ਗਾਂਧੀ ਜੀ ਦਾ ਬਿਆਨ ਆਇਆ ਬੜੀ ਜ਼ਿੰਮੇਵਾਰ ਰਾਜਨੀਤੀ ਦਾ, ਪਹਿਲਾ ਜਿਹੜਾ ਬਿਆਨ ਆਇਆ ਕਿ ਅਸੀਂ MSP ਨੂੰ ਲੀਗਲ ਗਾਰੰਟੀ, ਖੜਗੇ ਸਾਹਿਬ ਨੇ ਵੀ ਕਿਹਾ ਉਹ ਬੜੀ ਵੱਡੀ ਗੱਲ ਹੈ ਔਰ ਜੋ ਗਾਰੰਟੀ ਬਾਕੀ ਸੂਬਿਆਂ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ ਉੱਥੇ ਹੋਈ ਹੈ ਔਰ ਉਹੀ ਗਾਰੰਟੀ ਰਾਹੁਲ ਗਾਂਧੀ ਜੀ ਨੇ ਦਿੱਤੀ ਹੈ। ਲੇਕਿਨ ਉਹ ਕਹਿੰਦੇ ਕਿ ਚੋਰਨਾਂ ਦੇ ਡੇਲੇ ਵੱਲ ਨੂੰ ਦੇਖਣੇ, ਬੜੇ ਰਾਜਨੀਤਿਕ ਪਾਰਟੀਆਂ ਵੀ ਆਈਆਂ ਲੇਕਿਨ ਸਾਰੀਆਂ ਲਾ ਲੈਣ ਆ ਰਹੀਆਂ ਲੇਕਿਨ ਕੋਈ ਕੰਮ ਨਹੀਂ ਹੋਣਾ। ਇਹ ਤਾਂ ਫਿਰ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਜੀ ਨੂੰ ਵੀ ਆਉਣਾ ਚਾਹੀਦਾ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਉਣਾ ਚਾਹੀਦਾ। ਕਾਂਗਰਸ ਦਾ ਕੋਈ ਆਲਾ ਨਹੀਂ ਆਇਆ। ਰਾਜਾ ਵੜਿੰਗ ਜੀ ਸ਼ਾਇਦ ਗਏ ਸੀਗੇ ਸ਼ਾਮ ਨੂੰ ਔਰ ਗੱਲਬਾਤ ਕੀਤੀ ਹੈ ਔਰ ਜ਼ਿੰਮੇਵਾਰ ਰਾਜਨੀਤੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਕਰ ਰਹੀ ਹੈ ਪਰ ਲਾਪਰਵਾਹੀ ਅੱਜ ਪੁੱਛਣਾ ਚਾਹੁੰਦੇ ਸਰਕਾਰ ਕਿੱਥੇ ਪੰਜਾਬ ਨੂੰ ਪੁੱਛਣਾ ਹੋਣਾ ਚਾਹੀਦਾ ਇਸ ਮਸਲੇ ਤੇ। ਪਰ ਸਰਕਾਰ ਦੀ ਲਾਪਰਵਾਹੀ ਕਰਕੇ ਸਾਨੂੰ ਕਮੀ ਤਾਂ ਦੇਖਣੀ ਪੈਣੀ ਹੈ ਨਾ, ਕਿਉਂ ਸਾਡੇ ਸਟੈਂਡ, ਕਿਉਂ ਸਾਡੇ ਕਿਸਾਨਾਂ ਨੂੰ ਮਰਵਾਇਆ ਗਿਆ, ਕਿਉਂ ਉਹਨਾਂ ਨੂੰ ਸ਼ਹਾਦਤਾਂ ਦੇਣੀਆਂ ਪੈ ਰਹੀਆਂ, ਕਿਉਂ ਜ਼ਖਮੀ ਹੋ ਰਹੇ ਨੇ, ਇਹ ਸਵਾਲ ਨਾਕਾਮੀ ਕਿਹਨੂੰ ਮੰਨਦੇ ਹੋ? ਕੇਂਦਰ ਸਰਕਾਰ ਸਾਡੀ ਲੜਾਈ ਪੰਜਾਬ ਦੀ ਕੇਂਦਰ ਸਰਕਾਰ ਨਾਲ ਸੀਗੀ, ਨਾਕਾਮੀ ਤਾਂ ਪੰਜਾਬ ਸਰਕਾਰ ਦੀ ਹੈ। ਬਿਲਕੁਲ ਆਉਣਗੇ, ਗੱਲ ਹੋ ਗਈ ਮੇਰੀ ਪੁਰਾਣੀ ਮੰਗ ਹੈ, ਅਸੀਂ ਲਿਖਿਆ ਸੀ ਜਦੋਂ ਸਾਡੇ ਕਿਸਾਨਾਂ ਤੇ ਜੰਮੂ ਬਾਰਡਰ ਤੇ ਤੁਸੀਂ ਪਰਚਾ ਪਾਓ। ਚੀਫ ਸੈਕਟਰੀ ਸਾਹਿਬ ਨੇ ਸਾਡੀ ਸੀਨੀਅਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਮਿਲ ਕੇ ਆਈ ਔਰ ਪੰਜਾਬ ਯੂਥ ਕਾਂਗਰਸ ਵੱਲੋਂ ਅਸੀਂ ਨੇ ਡੀਸੀ ਸਾਹਿਬ ਨੂੰ ਦਿੱਤਾ ਸੀ ਕਿ ਤੁਸੀਂ ਸ਼ੰਭੂ ਤੇ ਜੋ ਕੁਛ ਹੋਇਆ ਅਥਰੂ ਗੈਸ ਦੇ ਗੋਲੇ ਚੱਲੇ, ਰਬਰ ਬੁਲੇਟ ਚੱਲੀਆਂ, ਪੈਲੇਟ ਚੱਲੀਆਂ ਤੇ ਇੱਕ ਵੀ ਕੋਈ ਪਰਚਾ ਪਿਆ ਨਹੀਂ। ਅਸੀਂ ਲਿਖਿਆ, ਡਿਮਾਂਡ ਕੀਤੀ ਸੀ ਕਿ ਪਰਚਾ ਪਾਓ ਤਾਂ ਜੋ ਕਿਸਾਨਾਂ ਦਾ ਮੋਰਾਲ ਬੂਸਟ ਹੋਵੇ ਔਰ ਹਰਿਆਣਾ ਪੁਲਿਸ ਤੇ ਨੱਕ ਪਾਉਣ ਦੀ ਜਿਹੜੀ ਗੱਲ ਹੈ ਉਹ ਪਰਚਾ ਪਿਆ ਨਹੀਂ। ਉਹਦੇ ਸਦਕਾ ਹਰਿਆਣਾ ਪੁਲਿਸ ਤੇ ਕੋਈ ਨੱਕ ਪਾਉਣ ਵਾਲਾ ਸੀਗਾ ਨਹੀਂ ਔਰ ਉਹਦੇ ਸਦਕਾ ਸ਼ੁਭ ਕਰਨ ਅੱਜ ਆਪਣੀ ਜਾਨ ਔਰ ਸ਼ਹਾਦਤ ਦੇਣੀ ਪਈ। ਸੋ ਇਹਦਾ ਸਰਾਸਰ ਜ਼ਿੰਮੇਵਾਰ ਕੌਣ ਹੈ? ਲਾਪਰਵਾਹੀ ਸਰਕਾਰ ਵੱਲੋਂ ਇਹ ਵਰਤੀ ਗਈ ਹੈ। ਅੱਜ ਅਸੀਂ ਇਹਨਾਂ ਨੂੰ ਪੁੱਛਣਾ ਵੀ ਕਿਉਂ ਇਹ ਲਾਪਰਵਾਹੀ ਵਰਤੀ ਜਾ ਰਹੀ ਹੈ, ਕਿਉਂ ਇੱਕ ਵੀ ਪਰਚਾ ਨਹੀਂ ਪੈ ਰਿਹਾ, ਕਿਉਂ ਇੱਕ ਵੀ ਹਜੇ ਤੱਕ ਅਸੀਂ ਸੋਚਿਆ ਖਨੌਰੀ ਵਾਲੇ ਇੰਸੀਡੈਂਟ ਤੇ ਕੋਈ ਪਰਚਾ ਪੈ ਜੂਗਾ। ਹੈਰਾਨ ਉਹ ਗੱਲ ਹੈ ਕਿ ਉੱਥੇ ਵੀ ਕੋਈ ਪਰਚਾ ਨਹੀਂ ਪਿਆ।
ਅੱਜ ਡਿਮਾਂਡ ਵੀ ਸ਼ੰਭੂ ਦੀ ਕਰਨ ਆਏ ਸੀ, ਪਰ ਖਨੌਰੀ ਵਾਲੇ ਇੰਸੀਡੈਂਟ ਤੇ ਵੀ ਕੋਈ ਪਰਚਾ ਨਹੀਂ ਹੈ। ਡੀ ਜੀ ਪੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ, ਹੋਮ ਮੰਤਰੀ ਸਾਹਿਬ, ਸੀਐਮ ਸਾਹਿਬ ਨੂੰ ਪੁੱਛਣਾ ਚਾਹੁੰਦੇ, ਕਿਸਾਨਾਂ ਦੀ ਮੰਗ ਹੈ ਜਿਹੜੀ ਐਮ ਐਸ ਪੀ ਹੈ ਬੜੇ ਲੰਬੇ ਸਮੇਂ ਦੇ, ਕਿਉਂਕਿ ਅਕਾਲੀ ਸਰਕਾਰ ਵੀ ਰਹੀ, ਕੈਪਟਨ ਸਾਹਿਬ ਵੀ ਰਹੇ ਤੇ ਕਾਂਗਰਸ ਵੀ ਰਹੀ ਹੈ, ਲੇਕਿਨ ਉਸ ਟਾਈਮ ਨਹੀਂ ਹੋਈ ਤੇ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਕਿ ਪਿਛਲੇ ਨਾ ਨਾ ਨਹੀਂ। ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਤਾਂ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਉਹ ਕਹਿ ਰਹੇ ਹੈ ਕਿ 5 ਮਿੰਟਾਂ 'ਚ ਅਸੀਂ ਐਮ ਐਸ ਪੀ ਦੇ ਦਾਂਗੇ। ਪਰ ਗੱਲ ਇਹ ਹੈ ਕਿ ਰਾਹੁਲ ਗਾਂਧੀ ਜੀ ਦਾ ਬਿਆਨ ਆਇਆ ਬੜੀ ਜ਼ਿੰਮੇਵਾਰ ਰਾਜਨੀਤੀ ਦਾ, ਪਹਿਲਾ ਜਿਹੜਾ ਬਿਆਨ ਆਇਆ ਕਿ ਅਸੀਂ ਐਮ ਐਸ ਪੀ ਨੂੰ ਲੀਗਲ ਗਾਰੰਟੀ, ਖੜਗੇ ਸਾਹਿਬ ਨੇ ਵੀ ਕਿਹਾ, ਉਹ ਬੜੀ ਵੱਡੀ ਗੱਲ ਹੈ। ਔਰ ਜੋ ਗਾਰੰਟੀ ਬਾਕੀ ਸੂਬਿਆਂ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ ਉੱਥੇ ਹੋਈ ਹੈ, ਔਰ ਉਹੀ ਗਾਰੰਟੀ ਰਾਹੁਲ ਗਾਂਧੀ ਜੀ ਨੇ ਦਿੱਤੀ ਹੈ। ਲੇਕਿਨ ਉਹ ਕਹਿੰਦੇ ਕਿ ਉਹਨਾਂ ਦੇ ਡੇਲੇ ਵੱਲ ਨੂੰ ਦੇਖਣੇ, ਬੜੇ ਰਾਜਨੀਤਿਕ ਪਾਰਟੀਆਂ ਵੀ ਆਈਆਂ, ਲੇਕਿਨ ਸਾਰੀਆਂ ਲਾ ਲੈਣ ਆ ਰਹੀਆਂ, ਲੇਕਿਨ ਕੋਈ ਕੰਮ ਨਹੀਂ ਹੋਣਾ। ਇਹ ਤਾਂ ਫਿਰ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਜੀ ਨੂੰ ਵੀ ਆਉਣਾ ਚਾਹੀਦਾ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਉਣਾ ਚਾਹੀਦਾ, ਕਾਂਗਰਸ ਦਾ ਕੋਈ ਆਲਾ ਨਹੀਂ। ਰਾਜਾ ਵੜਿੰਗ ਜੀ ਸ਼ਾਇਦ ਗਏ ਸੀਗੇ ਸ਼ਾਮ ਨੂੰ ਔਰ ਗੱਲਬਾਤ ਕੀਤੀ ਹੈ, ਔਰ ਜ਼ਿੰਮੇਵਾਰ ਰਾਜਨੀਤੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਕਰ ਰਹੀ ਹੈ, ਪਰ ਲਾਪਰਵਾਹੀ ਅੱਜ ਪੁੱਛਣਾ ਚਾਹੁੰਦੇ ਸਰਕਾਰ, ਕਿੱਥੇ ਪੰਜਾਬ ਨੂੰ ਪੁੱਛਣਾ ਹੋਣਾ ਚਾਹੀਦਾ ਇਸ ਮਸਲੇ ਤੇ, ਪਰ ਸਰਕਾਰ ਦੀ ਲਾਪਰਵਾਹੀ ਕਰਕੇ ਸਾਨੂੰ ਕਮੀ ਤਾਂ ਦੇਖਣੀ ਪੈਣੀ ਹੈ ਨਾ, ਕਿਉਂ ਸਾਡੇ ਕਿਸਾਨਾਂ ਨੂੰ ਮਰਵਾਇਆ ਗਿਆ, ਕਿਉਂ ਉਹਨਾਂ ਨੂੰ ਸ਼ਹਾਦਤਾਂ ਦੇਣੀਆਂ ਪੈ ਰਹੀਆਂ, ਕਿਉਂ ਜ਼ਖਮੀ ਹੋ ਰਹੇ ਨੇ, ਇਹ ਸਵਾਲ ਨਾਕਾਮੀ ਕਿਹਨੂੰ ਮੰਨਦੇ ਹੋ? ਕੇਂਦਰ ਸਰਕਾਰ ਸਾਡੀ ਲੜਾਈ ਪੰਜਾਬ ਦੀ ਕੇਂਦਰ ਸਰਕਾਰ ਨਾਲ ਸੀਗੀ, ਨਾਕਾਮੀ ਤਾਂ ਪੰਜਾਬ ਸਰਕਾਰ ਦੀ ਹੈ। ਬਿਲਕੁਲ ਆਉਣਗੇ, ਗੱਲ ਹੋ ਗਈ ਮੇਰੀ, ਚਲਦੇ ਆ।